ਤੁਸੀਂ ਜਦੋਂ ਇਤਿਹਾਸ ਦੀ ਖੋਜ ਕਰਦੇ ਹੋ ਤਾਂ ਪਿੱਛੇ ਜੇ ਤੁਸੀਂ ਕੁਝ ਸਾਲ ਪਹਿਲਾਂ ਇੱਕ ਲੇਖ ਵੀ ਲਿਖਿਆ ਸੀ ਕੌਮਾ ਗਾਟਾ ਮਾਰੂ ਦੇ ਸੰਬੰਧ ਵਿੱਚ, ਜਿਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਉਹ ਕੈਨੇਡਾ ਪਾਸੋਂ ਉਸ ਵੇਲੇ ਦਾ ਮੁਆਵਜ਼ਾ ਮੰਗਦੀ ਆ ਕੌਮਾ ਗਾਟਾ ਮਾਰੂ ਵੇਲੇ ਦਾ, ਉਹਦੇ ਬਾਰੇ ਦੱਸੋ ਥੋੜ੍ਹਾ ਵਿਸਥਾਰ ਉਹ ਐਕਚੁਅਲੀ ਖਬਰ ਪਿੱਛੇ ਜਾਈ ਹੈ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕੈਨੇਡੀਅਨ ਸਰਕਾਰ ਤੋਂ ਕੋਈ 7-8 ਸੌ ਕਰੋੜ 143 ਮਿਲੀਅਨ ਡਾਲਰ ਮੰਗ ਰਹੀ ਆ। ਉਹ ਐਕਚੁਅਲੀ ਮੈਂ ਲੇਖ ਲਿਖਿਆ ਸੀ ਅੱਜ ਤੋਂ 3-4 ਸਾਲ ਪਹਿਲਾਂ, ਉਹ ਕਿਸੇ ਉਹਨਾਂ ਨੇ ਲੇਖ ਪੜ੍ਹਿਆ, ਸੋ ਉਹ ਪੜ੍ਹ ਕੇ ਉਹ ਮੰਗ ਕਰ ਰਹੇ ਨੇ ਕਿ ਕੈਨੇਡੀਅਨ ਸਰਕਾਰ ਨੇ ਸਾਡਾ 143 ਮਿਲੀਅਨ ਡਾਲਰ ਦੇਣਾ ਹੈਗਾ ਆ। ਗੱਲ ਇਸ ਤਰ੍ਹਾਂ ਸੀ ਕਿ 1914 ਦੇ ਵਿੱਚ ਜਦੋਂ ਕਾਮਾ ਗਾਟਾ ਮਾਰੂ ਜਹਾਜ਼ ਆਇਆ ਸੀ ਤਾਂ ਭਾਈ ਗੁਰਦਿੱਤ ਸਿੰਘ ਉਸ ਜਹਾਜ਼ ਦੀ ਕਿਸ਼ਤ ਨਹੀਂ ਸੀ ਉਤਾਰ ਸਕੇ, ਅਤੇ ਕੈਨੇਡਾ ਦੀ ਜਿਹੜੀ ਹਿੰਦੁਸਤਾਨੀ ਕਮਿਊਨਿਟੀ ਸੀ ਉਹਨਾਂ ਨੇ ਪੈਸੇ ਇਕੱਠੇ ਕਰਕੇ $15,000 ਦੇ ਕੇ ਜਿਹੜਾ ਜਹਾਜ਼ ਸੀ ਉਹ ਭਾਈ ਗੁਰਦਿੱਤ ਸਿੰਘ ਤੋਂ ਬਦਲ ਕੇ, ਉਹਦਾ ਜਿਹੜਾ ਪਟਾ ਸੀ ਜੋ ਲੀਜ਼ ਸੀ ਉਹ ਕੈਨੇਡੀਅਨ ਕਮਿਊਨਿਟੀ ਦੇ ਜਿਹੜੇ ਹਿੰਦੁਸਤਾਨੀ ਕਮਿਊਨਿਟੀ ਦੇ ਦੋ ਲੀਡਰ ਸੀ ਭਾਈ ਭਾਗ ਸਿੰਘ ਅਤੇ ਹੁਸੈਨ ਰਹੀਮ, ਉਹਨਾਂ ਦੇ ਨਾਂ ਕਰਵਾ ਲਿਆ ਸੀ। ਸੋ ਜੂਨ 1914 ਤੋਂ ਬਾਅਦ ਜਹਾਜ਼ ਸੀ ਉਹ ਭਾਈ ਗੁਰਦਿੱਤ ਸਿੰਘ ਦਾ ਨਹੀਂ ਸੀ, ਉਹ ਹੁਣ ਕੈਨੇਡਾ ਦੀ ਹਿੰਦੁਸਤਾਨੀ ਕਮਿਊਨਿਟੀ ਦਾ ਸੀ। ਜਦੋਂ ਉਹਨਾਂ ਨੇ ਇਹਨੂੰ ਡਿਪੋਰਟ ਕਰਨਾ ਸੀ, ਵਾਪਸ ਭੇਜਣਾ ਸੀ ਕਾਮਾ ਗਾਟਾ ਮਰ ਦੇ ਮੁਸਾਫਰਾਂ ਨੂੰ, ਤਾਂ ਉਹ ਜਾਂ ਤਾਂ ਆਪਣੇ ਜਹਾਜ਼ 'ਤੇ ਭੇਜ ਦੇ ਜਾਂ ਗੁਰਦਿੱਤ ਸਿੰਘ ਦੇ ਜਹਾਜ਼ 'ਤੇ ਭੇਜ ਦੇ ਜਾਂ ਜਪਾਨੀ ਕੰਪਨੀ ਦੇ ਜਹਾਜ਼ 'ਤੇ ਭੇਜ ਦੇ, ਪਰ ਉਹ ਜਹਾਜ਼ ਸੀ ਜਿਹੜਾ ਹੁਣ ਉਹ ਵੈਨਕੂਵਰ ਦੀ ਕੈਨੇਡਾ ਦੀ ਹਿੰਦੁਸਤਾਨੀ ਕਮਿਊਨਿਟੀ ਦਾ ਸੀ। ਅਤੇ ਭਾਈ ਭਾਗ ਸਿੰਘ ਜਿਹਨਾਂ ਦੇ ਨਾਂ ਉੱਤੇ ਪਟਾ ਸੀ ਉਹਨਾਂ ਨੇ ਉਹਨਾਂ ਨੂੰ ਕੈਨੇਡੀਅਨ ਸਰਕਾਰ ਨੂੰ ਲਿਖਤੀ ਬੇਨਤੀ ਕੀਤੀ ਸੀ ਕਿ ਜੇ ਮੇਰਾ ਜਹਾਜ਼ ਤੁਸੀਂ ਵਰਤਣਾ ਹੈ ਕਾਮਾ ਗਾਟਾ ਮਾਰੂ ਦੇ ਮੁਸਾਫਰਾਂ ਨੂੰ ਵਾਪਸ ਭੇਜਣ ਲਈ, ਤਾਂ ਇਹਦਾ ਮੈਨੂੰ ਬਣਦਾ ਮੁਆਵਜ਼ਾ ਦੇਵੋ, ਕਿਰਾਇਆ ਦੇਵੋ। 350 ਮੁਸਾਫਰਾਂ ਦਾ $100 ਪ੍ਰਤੀ ਮੁਸਾਫਰ ਦੇ ਹਿਸਾਬ ਨਾਲ ਉਹਨਾਂ ਨੇ $35,000 ਮੰਗਿਆ ਸੀ, ਜਿਹੜਾ ਕਿ ਕੈਨੇਡੀਅਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਇਹਦੇ ਉੱਤੇ ਹਮਦਰਦੀ ਨਾਲ ਵਿਚਾਰ ਕਰਨਗੇ ਅਤੇ ਦੇਣਗੇ। ਲੇਕਿਨ ਬਾਅਦ ਦੇ ਵਿੱਚ ਸਤੰਬਰ 5 ਨੂੰ ਭਾਈ ਭਾਗ ਸਿੰਘ ਹੋਰੀ ਸ਼ਹੀਦ ਹੋ ਗਿਆ ਵੈਨਕੂਵਰ ਦੇ ਗੁਰਦੁਆਰੇ ਦੇ ਵਿੱਚ, ਉਹਨਾਂ ਨੂੰ ਗੋਲੀ ਮਾਰ ਕੇ ਮਾਰਤਾ ਗਿਆ। ਬਾਕੀ ਜਿਹੜੇ ਗਦਰੀ ਲੀਡਰ ਸੀ ਉਹ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਹਿੰਦੁਸਤਾਨ ਨੂੰ ਚਲੇ ਗਏ। ਸੋ ਇੱਥੇ ਕੋਈ ਲੀਡਰ ਨਹੀਂ ਬਚਿਆ, ਅਤੇ ਕੈਨੇਡੀਅਨ ਸਰਕਾਰ ਨੇ ਉਹ ਪੈਸਾ ਦੇਣਾ ਨਾ ਕਰਤੀ। ਜੇ ਉਹ ਲੀਡਰ ਹੁੰਦੇ ਤਾਂ ਉਹਨਾਂ ਨੇ ਉਸ ਵੇਲੇ ਇਹ ਕੇਸ ਅਦਾਲਤ ਵਿੱਚ ਲਿਜਾਣਾ ਸੀ। ਮੇਰੀ ਆਰਗੂਮੈਂਟ ਇਹ ਹੈ ਕਿ ਹਿੰਦੁਸਤਾਨੀ ਜੋ ਕਮਿਊਨਿਟੀ ਆ ਕੈਨੇਡਾ ਦੀ, ਉਹਨਾਂ ਨੂੰ ਹੁਣ ਇਹ ਕੇਸ ਜਿਹੜਾ ਆ ਉਹ ਕੈਨੇਡੀਅਨ ਅਦਾਲਤਾਂ ਵਿੱਚ ਲਿਜਾਣਾ ਚਾਹੀਦਾ ਹੈ। ਪਹਿਲਾਂ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਹੈ, ਜੇ ਸਰਕਾਰ ਮੰਗ ਨਹੀਂ ਮੰਨਦੀ ਤਾਂ ਇਹ ਕੇਸ ਅਦਾਲਤਾਂ ਵਿੱਚ ਲਿਜਾਣਾ ਚਾਹੀਦਾ। ਅਤੇ ਉਦੋਂ ਦਾ ਜਿਹੜਾ $35,000 ਬਣਦਾ ਆ ਉਹ ਅੱਜ 96 ਸਾਲ ਬਾਅਦ $143 ਮਿਲੀਅਨ ਤੋਂ ਉੱਤੇ ਬਣਦਾ ਹੈ। ਸੋ ਮੈਂ ਉਸ ਮੁਆਵਜ਼ੇ ਦੀ ਗੱਲ ਕੀਤੀ ਆ, ਅਤੇ ਪੰਜਾਬ ਦੀ ਸਰਕਾਰ ਨੇ ਕਿਤੋਂ ਲਿਖ ਪੜ੍ਹਿਆ ਅਤੇ ਉਹ ਇਹ ਕਹਿ ਰਹੇ ਨੇ ਕਿ ਉਹ ਐਂਟਰੀ ਫੀਸ ਸੀ, ਮੁਸਾਫਰਾਂ ਦੀ ਫੀਸ ਹੀ ਸਾਨੂੰ ਮਿਲਣਾ ਚਾਹੀਦਾ, ਪਰ ਉਹਨਾਂ ਦਾ ਕੋਈ ਹੱਕ ਨਹੀਂ, ਨਾ ਉਹ ਸੱਚ ਆ। ਜੇ ਉਹਦੇ ਉੱਤੇ ਹੱਕ ਹੈ, ਜਿਹੜੀ ਮੇਰੀ ਆਰਗੂਮੈਂਟ ਉਹ ਸਿਰਫ ਅਤੇ ਸਿਰਫ ਕੈਨੇਡਾ ਦੀ ਹਿੰਦੁਸਤਾਨੀ ਕਮਿਊਨਿਟੀ ਦੀ, ਕਿਉਂਕਿ ਉਹਨਾਂ ਨੇ ਆਪਣੇ ਕੋਲ ਪੈਸੇ ਦੇ ਕੇ ਜਹਾਜ਼ ਦਾ ਪਟਾ ਆਪਣੇ ਨਾਲ ਕਰਵਾਇਆ ਸੀ। ਠੀਕ ਹੈ ਜੀ। ਇਹ ਜਿਹੜੀ ਕਿਤਾਬ ਤੁਸੀਂ ਲਿਖੀ ਆ ਪੰਜਾਬੀਆਂ ਵਾਸਤੇ, ਸਾਡੇ ਪੜ੍ਹਨ ਵਾਸਤੇ, ਕੀ ਇੱਥੋਂ ਦੇ ਜਿਹੜੇ ਬੱਚੇ ਹੈਗੇ ਉਹਨਾਂ ਵਾਸਤੇ ਇੰਗਲਿਸ਼ ਦੇ ਵਿੱਚ ਕਿਤਾਬ ਕੋਈ ਬਣੀ ਆ ਜਾਂ ਛਪਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਕਿ ਇੱਥੋਂ ਦੀ ਜਿਹੜੀ ਜਨਰੇਸ਼ਨ ਹੈ, ਪੀੜ੍ਹੀ ਹੈ ਸਾਡੀ, ਉਹ ਵੀ ਇਹ ਸਾਰਾ ਕੁਝ ਜਾਣ ਸਕਣ? ਦੇਖੋ, ਗਦਰ ਲਹਿਰ ਉੱਤੇ ਤਾਂ ਕਿਤਾਬਾਂ ਹੈਗੀਆਂ, ਇੰਗਲਿਸ਼ ਦੇ ਵਿੱਚ ਮਿਲਦੀਆਂ ਇੱਕ ਦੋ। ਆਪਣੇ ਡਾਕਟਰ ਹਰੀਸ਼ ਪੁਰੀ ਹੋਏ ਨੇ, ਗੁਰੂ ਨਾਨਕ ਯੂਨੀਵਰਸਿਟੀ ਵਿੱਚ ਉਹ ਪ੍ਰੋਫੈਸਰ ਸੀ, ਉਹਨਾਂ ਦੀ ਕਿਤਾਬ ਬੜੀ ਵਧੀਆ ਹੈਗੀ। ਹੋਰ ਵੀ ਹੈਗੀਆਂ ਨੇ, ਪਰ ਜਿਹੜੇ ਗਦੀਆ ਯੋਧਿਆਂ ਦੀਆਂ ਜੀਵਨੀਆਂ ਹੈਗੀਆਂ ਨੇ ਇਸ ਢੰਗ ਦੇ ਨਾਲ, ਇਹ ਮੇਰੇ ਖਿਆਲ ਪਹਿਲੀ ਕਿਤਾਬ ਹੈਗੀ ਆ ਜਿਹੜੀ ਕਿ ਇਸ ਤਰ੍ਹਾਂ ਲਿਖੀ ਗਈ ਹੈ। ਤੋ ਇਹਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਤੇ ਆਸ ਕਰਦੇ ਹਾਂ ਕਿ ਛੇਤੀ ਹੀ ਅੰਗਰੇਜ਼ੀ ਦੇ ਵਿੱਚ ਇਹ ਕਿਤਾਬ ਉਪਲਬਧ ਹੋਵੇਗੀ। ਠੀਕ ਹੈ। ਅਖੀਰ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ, ਅਤੇ ਦੂਸਰਾ ਇਹ ਦੱਸੋ ਕਿ ਜੇ ਉਹ ਇਹ ਕਿਤਾਬ ਤੁਹਾਡੀ ਲੈਣੀ ਚਾਹੁਣ ਐਡਮਿੰਟਨ ਦੇ ਵਿੱਚ, ਤਾਂ ਕਿੱਥੋਂ ਲੈ ਸਕਦੇ ਆ? ਦੇਖੋ, ਮੇਰਾ ਫੋਨ ਹੈਗਾ ਇਸ ਕਿਤਾਬ ਦੇ ਵਿੱਚ ਦਿੱਤਾ, ਮੈਂ ਹੁਣ ਵੀ ਬੋਲ ਦਿੰਦਾ। ਮੇਰਾ ਸੈੱਲ ਨੰਬਰ ਹੈਗਾ 604-7612195-604-761-2195, ਮੈਨੂੰ ਫੋਨ ਕਰ ਸਕਦੇ ਨੇ, ਮੈਂ ਐਡਮਿੰਟਨ ਦਾ ਐਡਰੈਸ ਦੇ ਦੇਵਾਂਗਾ, ਉੱਥੋਂ ਜਾ ਕੇ ਕਿਤਾਬ ਲੈ ਸਕਦੇ ਨੇ। ਅਤੇ ਬਾਕੀ ਜਿਹੜੀ ਤੁਸੀਂ ਕਿਹਾ ਕਿ ਮੈਂ ਕੀ ਕਮਿਊਨਿਟੀ ਨੂੰ ਸੁਨੇਹਾ ਦੇਣਾ ਚਾਹੁੰਦਾ, ਉਹ ਇਹੀ ਹੈ ਕਿ ਸਾਨੂੰ ਆਪਣੇ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ, ਉਹਨਾਂ ਬਜ਼ੁਰਗਾਂ ਦੀ ਘਾਲਣਾ ਦੇ ਨਾਲ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਅਤੇ ਕੈਨੇਡਾ ਵਿੱਚ ਸਾਡੇ ਹੱਕਾਂ ਲਈ ਇੱਥੇ ਕੁਰਬਾਨੀਆਂ ਕੀਤੀਆਂ, ਉਹਨਾਂ ਦੀ ਬਦੌਲਤ ਅਸੀਂ ਇਸ ਮੁਲਕ ਦੇ ਵਿੱਚ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਾਂ। ਔਰ ਇਹ ਮੁਲਕ ਬੜਾ ਵਧੀਆ, ਇਹਨੂੰ ਹੋਰ ਵਧੀਆ ਬਣਾਉਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ, ਅਤੇ ਐਟ ਦਾ ਸੇਮ ਟਾਈਮ ਜਿਹੜੇ ਸਾਡੇ ਹੱਕ ਬਣਦੇ ਨੇ ਉਹਨਾਂ ਦੇ ਸਾਨੂੰ ਇੱਥੇ ਸੰਘਰਸ਼ ਕਰਨਾ ਚਾਹੀਦਾ ਹੈ। ਅਤੇ ਉਸ ਸੰਘਰਸ਼ ਦਾ ਤਰੀਕਾ ਇਹੀ ਹੈ ਕਿ ਜਿਹੜੀਆਂ ਇੱਥੋਂ ਦੀਆਂ ਰਾਜਸੀ ਪਾਰਟੀਆਂ ਨੇ ਉਹਨਾਂ ਦੇ ਤੱਕ ਆਪਣੀ ਮੰਗ ਪਹੁੰਚਾਈ ਜਾਵੇ, ਉਹਨਾਂ ਦੇ ਵਿੱਚ ਐਕਟਿਵ ਹੋਇਆ ਜਾਵੇ, ਤਾਂ ਜਿਹੜੇ ਸਾਡੇ ਮਸਲੇ ਨੇ ਜੋ ਵੀ ਹੈਗੇ ਨੇ, ਮਿਸਾਲ ਦੇ ਤੌਰ 'ਤੇ ਸਾਡੇ ਜਿਹੜੇ ਇੰਡੀਆ ਤੋਂ ਪ੍ਰੋਫੈਸ਼ਨਲ ਆਉਂਦੇ ਨੇ ਉਹਨਾਂ ਦੇ ਜਿਹੜੇ ਮਤਲਬ ਵਿੱਦਿਆ ਨੂੰ ਇੱਥੇ ਮਾਨਤਾ ਨਹੀਂ ਦਿੱਤੀ ਜਾਂਦੀ, ਸੋ ਇਸ ਕਿਸਮ ਦੇ ਜੋ ਵੀ ਮਸਲੇ ਨੇ ਉਹ ਇਸ ਢੰਗ ਨਾਲ ਅਸੀਂ ਮਤਲਬ ਆਪਣੇ ਨਜਿੱਠ ਸਕਦੇ ਹੈਗੇ ਹਾਂ।
ठीक है जी, मेहरबानी, बहुत 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 धन्यवाद जी, थैंक यू। असं अपने दर्शकों दसना चाहते हैं कि ये किताब जी तुम साढ़े नाल भी राबता कर सकते हो, वतन टीवी जो ये किताब चाहिए है, ये 100 साल पहला वैनकूवर के जो कुछ होया उदे तो बाद 90 साल होए हुण जिहड़े गदरी इत्थों गए उन्हां बारे जिन्ना कुछ इन्ना वधिया किताब दे विच लिखिया गया आ, ये किताब जिहड़ी आ असीं अपील करदे आ वतन टीवी वल्लों भी कि हर पंजाबी की जिहड़ी लाइब्रेरी आ उहदा इह शिंगार बननी चाहीदी, हिस्सा होनी चाहीदी आ। बच्चियां वास्ते जदों इंग्लिश विच आई किताब वह जो जरूर तुहाडे नाल सांझी करांगे जानकारी, मेहरबानी। एडमिंटन के आस पास के एरिए अपने घर के गार्डन को खूबसूरत बनाना चाहते हो तो हर तरह की लैंडस्केप सप्लाईज लिए वाइट रॉक लैंडस्केपिंग वाले का नाम जरूर चेते रखो। असीं तरह तरह चीज़ां जिहड़े लोगों ने लैंडस्केपिंग करनी हुंदी आपके घरां दे विच उन्हां नूं सप्लाईज वेचदे आ। वाइट रॉक लैंडस्केपिंग वाले हर तरह के प्रोडक्ट्स तुहाडे घर भी डिलीवर करते हैं। एड्रेस 5810 मेरिडियन स्ट्रीट ते फोन नंबर 780-469-6960। एडमिंटन शहर के मॉडल फर्नीचर वाले वालों खोल दिया गया है बिग बोस फर्नीचर एंड अपलायंसेस। चले आओ 99 स्ट्रीट ते वाइट मार्ट दी कॉर्नर ते 4220 99 स्ट्रीट ते फोन नंबर 780-430-4346। दोस्तों पिछले दिनी एडमिंटन शहर दे विच बॉबी गरेवाल हुणा वल्लों अपना नवा बिजनेस पाश अकाउंटिंग खोलिया गया। इस ग्रैंड ओपनिंग दीआं कुछ एक झलकियां आप सब भी लैके हाजिर हाँ ते नाल दी नाल असीं बॉबी गरेवाल हुणा नूं बहुत बहुत वधाई भेजदे हाँ। परमिंदर गरेवाल साढ़े दोस्त दे नाल नाल साढ़े अकाउंटिंग भी पिछले 6 सालों तो कर रहा है ते बहुत वधिया सर्विस है इन्हां दी ते असीं रब अगे दुआ करदे हाँ कि इन्हां दा बिजनेस ते इन्हां दा परिवार दिन दुगनी ते रात चौगनी करे। आई विश हिम ऑल द बेस्ट, ही इज़ वेरी हार्ड वर्किंग बॉय एंड आई विश हिम ऑल द सक्सेस। असीं जी बिजनेस टैक्सेस भी करदे हाँ, परसनल टैक्सेस करदे हाँ, हैं जी एस टी रिटर्न होए है, हर तरह के जिहड़े टैक्सेस हो सकते हैं अकाउंटिंग रिलेटिड जिहड़े भी हैगे ने सारियां असीं सेवावां सर्विसेज देंदे हाँ। परसनल टैक्सेस टाइम ते भरे जाण है ना, वो उन्होंने डेट चेते जरूरी हैगी आ, तो कंपनी के टैक्सेस जदों हैगे ने आपके सारे जिहड़े जी एस टी रिटर्न या पेरोल है टाइमली फैशन से तुसीं आपदे भरदे रहो। तो जदों भी हुण वीकेंड ते किसी क्लाइंट नूं टाइम नहीं हुंदा असीं वीकेंड ते भी मिल सकते हैं उन्होंने। वेल आई लाइक टू से बहुत खुशी हुई सारे इतने मिल के, इट्स ए वेरी गुड इवेंट एंड आई लाइक टू कंग्रेचुलेट ऑल द स्टाफ एट पैश अकाउंटिंग एंड आई थिंक इट्स अ वंडरफुल अपॉर्चुनिटी टू सी आवर बिजनेसेस बीइंग सक्सेसफुल एंड इंटीग्रेटिंग विद सोसाइटी एंड इट्स ए वेरी गुड ऑनर एंड प्रिविलेज टू बी शेयरिंग दिस ग्रेट डे विद देम, सो पैश अकाउंटिंग ऑल द वे, गुड लक। तू भला की कर सकेगा उड़दा कोई इलाज, हंजू एक आएगा वो भी पलक ते सुक जाएगा, सड़क ते वेखेगा नंगे पैर भज दी छां जही, ये मुहब्बत है या ममता याद कुछ कुछ आएगा, की खबर सी जग तेनू इस तरह भुल जाएगा, डाक नित आएगी तेरे नाँ का खतना आएगा। हाजी न अज के इस प्रोग्राम का आगाज सुरजीत पात्र होना दिन सदर के न करके उन्होंने इस गज़ल के इन चंद शेरों के नाल अज के इस प्रोग्राम की समाप्ति करने की आग्ञा चाहाँगा। अज का यह प्रोग्राम किमें लगा जरूर दसना, जाते जाते थोड़े नाल एक गीत साझा करते हैं तो अगले हफ्ते इस चैनल पर इस टाइम फिर मिलते हैं, उदों तक थोड़ा साडा सारा दा ही रब राखा। दिस दिए बारिश खड़ी।